ਚੇਅਰਮੈਨ ਬਣਨ ਦੀ ਖੁਸ਼ੀ ਹੈ ਜੀ ਅਤੇ ਰੰਧਾਵਾ ਸਾਹਿਬ ਨੇ ਕੁਰਸੀ 'ਤੇ ਬਿਠਾਇਆ ਅਤੇ ਪਾੜਾ ਸਾਹਿਬ ਨੇ ਮੇਰੇ ਪਿਤਾ ਸੀਗੇ ਸੱਚਰ ਸਾਹਿਬ ਸੀਗੇ ਵੱਡਿਆਂ ਨੇ ਕੁਰਸੀ 'ਤੇ ਬਿਠਾਇਆ ਬੜੀ ਖੁਸ਼ੀ ਹੋਈ ਹੈ ਜ਼ਿੰਮੇਵਾਰੀ ਵਧੀ ਹੈ ਕੰਮ ਸਮਝਾਂਗੇ ਪਿੰਡਾਂ ਦੇ ਬਹੁਤ ਕੰਮ ਹੋਣ ਵਾਲੇ ਨੇ ਬਹੁਤ ਵਿਕਾਸ ਹੋਣ ਵਾਲਾ ਅਤੇ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਵੀ ਟੀਮ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਚੱਲੀਏ ਅਤੇ ਵਧੀਆ ਕੰਮ ਕਰੀਏ ਅੱਜ ਸਰਦਾਰ ਰਵਿਨੰਦਨ ਸਿੰਘ ਬਾਜਵਾ ਚੇਅਰਮੈਨ ਜਿਹੜੇ ਸਾਡੇ ਮੌਜੂਦ ਹੋਏ ਆ ਉਹਨਾਂ ਨੂੰ ਇਲੈਕਸ਼ਨ 'ਤੇ ਕਾਫੀ ਲੈਣਾ ਦੀ ਹੋ ਗਈ ਸੀ ਅੱਜ ਇਹਨਾਂ ਨੇ ਆਪਣੇ ਆਫਿਸ 'ਚ ਬੈਠ ਕੇ ਪ੍ਰੋਪਰਲੀ ਚਾਰਜ ਲਿਆ ਔਰ ਮੈਂ ਆਸ ਕਰਦਾ ਕਿ ਸਾਡਾ ਨੌਜਵਾਨ ਬੱਚਾ ਇਹ ਆਣ ਕੇ ਪੰਚਾਇਤਾਂ ਨੂੰ ਖਾਸ ਕਰਕੇ ਅਵੇਅਰ ਕਰਨਗੇ ਔਰ ਜ਼ਿਲ੍ਹਾ ਪਰਿਸ਼ਦ ਬਲਾਕ ਸਮਿਤੀ ਚੇਅਰਮੈਨ ਜਿਹੜੇ ਨੇ ਸਾਰਿਆਂ ਨੂੰ ਕਿ ਇੱਕ ਟੀਮ ਬਣ ਕੇ ਗੁਰਦਾਸਪੁਰ ਡਿਸਟ੍ਰਿਕਟ ਦੀ ਜਿਹੜੀ ਅਸੀਂ ਇਹਦੀ ਡਿਵੈਲਪਮੈਂਟ ਕਰਾਂਗੇ ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਬਲਾਕ ਦੇ ਵਿੱਚ ਇਸ ਸਾਡੇ ਜ਼ਿਲ੍ਹੇ ਦੇ ਵਿੱਚ ਬੜੇ ਜਿਹੜੇ ਉੱਚ ਕੋਟੀ ਦੇ ਜਿਹੜੇ ਸਿਆਸਤਦਾਨ ਸੀਗੇ ਉਹ ਚੇਅਰਮੈਨ ਰਹੇ ਨੇ ਅਤੇ ਅੱਜ ਉਸੇ ਚੇਅਰ ਦੇ ਉੱਤੇ ਜਿੱਥੇ ਇਹਨਾਂ ਦੇ ਗ੍ਰੈਂਡਫਾਦਰ ਨੇ ਕਾਂਗਰਸ ਨੂੰ ਜਿਹੜਾ ਬੀਜ ਬੀਜਿਆ ਸੀ ਔਰ ਜਿਹੜੇ ਕਾਂਗਰਸ ਦੇ ਲੀਡਰ ਜ਼ਿਲ੍ਹਾ ਪਰਿਸ਼ਦ ਦੇ ਪਿਛਲੀ ਜੇ ਹਿਸਟਰੀ ਕੱਢੀਏ ਅਤੇ ਬੜੇ ਸੀਨੀਅਰ ਲੀਡਰ ਜਿਹੜੇ ਸੀ ਉਹ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਬਣਦੇ ਸੀ ਅਤੇ ਅੱਜ ਇੱਕ ਅਸੀਂ ਵਧੀਆ ਨੌਜਵਾਨ ਨੂੰ ਇੱਥੇ ਚੇਅਰਮੈਨ ਬਣਾ ਕੇ ਆਪਣੇ ਜ਼ਿਲ੍ਹੇ ਦੀ ਜਿਹੜੀ ਆ ਤਰੱਕੀ ਪਿੰਡਾਂ ਦੀ ਡਿਵੈਲਪਮੈਂਟ ਉਹਦੇ ਬਾਰੇ ਦੁਬਾਰਾ ਸਾਰਾ ਰਿਵਿਊ ਕਰਾਂਗੇ ਔਰ ਆਸ ਕਰਦਾ ਕਿ ਇਹ ਜਿਹੜੇ ਲੋਕਾਂ ਨੇ ਆਪਣਾ ਇਹਨਾਂ ਨੂੰ ਫਤਵਾ ਦਿੱਤਾ ਸਾਰੇ ਮੈਂਬਰ ਸਾਹਿਬਾਨ ਨੇ ਔਰ ਬਲਾਕ ਸਮਿਤੀਆਂ ਦੇ ਜਿਹੜੇ ਚੇਅਰਮੈਨ ਸਾਹਿਬਾਨ ਨੇ ਉਹਨਾਂ ਨੇ ਵੋਟ ਪਾ ਕੇ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹ ਜ਼ਿੰਮੇਵਾਰੀ ਨੂੰ ਇਹ ਬਾਕੀ